के साथ मैं हूं नायरा शहजादी। खबर शामिल करते हैं सियालकोट से। इमाम ने खसूसी वज़ीर-ए-आला पंजाब राय इत्तला डॉक्टर फिरदौस आशिक कुमार के अवामी राबता आफिस कुबा जक में साइमीन के लिए सवेर वायद रोजाना इफ्तारी का इहतमाम किया जाता है, जिसमें सैकड़ों साइमीन के लिए मशरूबात, चार समोसे, पकौड़ों और खानों का बंदोबस्त किया जाता है। मजीद जानते हैं ब्यूरो चीफ जफर वास की रिपोर्ट। ਕਮਾਨ ਸਾਹਿਬ ਹਰ ਸਾਲ ਰਮਜ਼ਾਨ ਸ਼ਰੀਫ ਦੇ ਵਿੱਚ ਇਫਤਾਰੀ ਦਾ ਪ੍ਰੋਗਰਾਮ ਬਣਾਉਂਦੇ ਨੇ। ਇਹ ਉਂਝ ਵੀ ਫਲਾਈ ਕੰਮ ਇਨਸ਼ਾਅੱਲਾ ਹਰ ਲਿਹਾਜ਼ ਨਾਲ ਕਰਦੇ ਨੇ। ਡਾਕਟਰ ਫਿਰਦੌਸ ਆਸ਼ਾ ਕਮਾਨ ਹਰ ਵਕਤ ਆਵਾਮ ਦੀ ਮੁਸ਼ਕਲਾਂ ਦੇ ਵਿੱਚ ਹੱਲ ਕਰਨ ਦੀ ਯਕੀਨ ਦਿਹਾਨੀ ਕਰਾਉਂਦੇ ਨੇ ਔਰ ਮੌਕਿਆਂ 'ਤੇ ਪਹੁੰਚ ਕੇ ਫੌਰੀ ਹੱਲ ਕਰਨ ਦੀ ਕੋਸ਼ਿਸ਼ ਕਰਦੇ ਨੇ। ਬਹੁਤ ਅੱਛੇ ਕੰਮ ਕਰ ਰਹੇ ਨੇ ਅਤੇ ਇੱਥੇ ਰੋਜ਼ੇ ਕੁੱਬਾ ਚੱਕ ਦੇ ਵਿੱਚ ਅੱਛੇ ਤਰੀਕੇ ਨਾਲ ਖੋਲ ਰਹੇ ਨੇ। ਬਹੁਤ ਮਿਹਰਬਾਨੀ ਜੀ ਉਹਨਾਂ ਦੀ, ਬਹੁਤ ਸ਼ੁਕਰੀਆ ਜੀ। ਡਾਕਟਰ ਫਿਰਦੌਸ ਆਸ਼ਾ ਕਮਾਨ ਸਾਹਿਬਾਂ ਦੇ ਅਸੀਂ ਡੇਰੇ 'ਤੇ ਇਫਤਾਰੀ ਵਾਸਤੇ ਹਾਜ਼ਰ ਹੋਏ ਹਾਂ। ਇਹ ਸਿਲਸਿਲਾ ਡਾਕਟਰ ਸਾਹਿਬਾਂ ਦਾ ਅੱਜ ਦਾ ਨਹੀਂ, ਅਰਸੇ ਦਰਾਜ਼ ਤੋਂ ਸਿਲਸਿਲਾ ਸ਼ੁਰੂ ਹੋਏ। ਜੈਸਾ ਕਿ ਉਹ ਹਰ ਅਮੀਰ ਗਰੀਬ ਨੂੰ ਬੁਲਾ ਕੇ ਅਤੇ ਰੋਜ਼ੇ ਦੀ ਇਫਤਾਰੀ ਵਾਸਤੇ ਜਿਹੜੇ ਆਪਣੇ ਇੱਥੇ ਬੰਦੇ ਨੂੰ ਮਧੂ ਕਰਦੇ ਨੇ ਔਰ ਅਸੀਂ ਸਮਝਦੇ ਕਿ ਬੜਾ ਅੱਛਾ ਕਦਮ ਹੈ ਔਰ ਅੱਲਾਹ ਤਾਲਾ ਜ਼ਾਤ ਸਾਨੂੰ ਸਭ ਨੂੰ ਤਸਵੀਕ ਦੇਵੇ ਇਸੇ ਅਮਲ ਕਰਨ ਲਈ। ਹਮਾਰੇ ਲਈ ਬਹੁਤ ਫਖਰ ਔਰ ਖੁਸ਼ੀ ਹੋਤੀ ਹੈ ਹਮੇ ਕਿ ਜਬ ਡਾਕਟਰ ਸਾਹਿਬਾ ਹਰ ਸਾਲ ਕੀ ਤਰ੍ਹਾਂ ਇਸ ਤਰ੍ਹਾਂ ਕਿ ਅੱਲਾਹ ਤਾਲਾ ਕੀ ਰਾਹ ਮੇ ਔਰ ਗਰੀਬ ਔਰ ਮਸਕੀਨੋਂ ਕੀ ਯਹਾਂ ਅਫਤਾਰੀ ਕਰਵਾਤੇ ਹੈ। ਮਾਸ਼ਾ ਅੱਲਾਹ ਪਾਕ ਉਨਕੋ ਜ਼ਿੰਦਗੀ ਦੇ। ਇਹੋ ਜਿਹਾ ਲੀਡਰ ਅੱਜ ਤੱਕ ਸਾਨੂੰ ਕੋਈ ਨਹੀਂ ਲੱਭਾ ਜਿਸ ਤਰ੍ਹਾਂ ਦੀ ਡਾਕਟਰ ਸਾਹਿਬ ਆ ਇੱਥੇ ਦੁਨੀਆ ਦੀ ਖਿਦਮਤ ਕਰਦੇ ਨੇ ਅਤੇ ਬੜੇ ਖੁਸ਼ ਹਾਂ ਅਸੀਂ ਜਿਨ੍ਹਾਂ ਨੂੰ ਇਹੋ ਜਿਹਾ ਲੀਡਰ ਲੱਭਿਆ। आपको बताते चले साइमी ने डॉक्टर फिरदौस आशिक कुमार की सेहत और तंदुरुस्ती और दराजी उम्र के लिए खुसूसी दुआ की। इस मौका पर हल्का के सियासी हमायदीन और कारकुनान भी मौजूद थे। मजीद अपडेट के लिए देखते रहे केएनएन न्यूज़ लाइव, हर खबर तहकीक के साथ।